ਰਮੇਸ਼ ਕੁਮਾਰ ਜੀ, ਇਹ ਮੈਂ ਫੀਡ ਲਵਾਉਣ ਗਿਆ ਸੀ, ਜਦੋਂ ਮੈਂ ਦੁਕਾਨ 'ਤੇ ਵਾਪਸ ਆਇਆ ਤਾਂ ਮੇਰਾ ਗੱਲਾ ਗਾਇਬ ਸੀ। ਹਾਂਜੀ, ਕੋਈ ਪਤਾ ਲੱਗਿਆ ਕਿੰਨੇ ਕੋਈ ਆਏ ਕਿ ਜਾਂ ਕਾਸੀ ਆਏ? CCTV ਤੋਂ ਪਤਾ ਲੱਗਿਆ ਵੀ ਦੋ ਜਣੇ ਸੀ ਮੋਟਰਸਾਈਕਲ ਦੇ ਉੱਤੇ ਆਏ ਅਤੇ ਉਹ ਗੱਦੀ ਦੀ ਚਾਦਰ ਦੇ ਵਿੱਚ ਹੀ ਗੱਲਾ ਬੰਨ੍ਹ ਕੇ ਲੈ ਕੇ ਫਰਾਰ ਹੋ ਗਏ। ਕਿੰਨੀ ਕੁ ਅਮਾਊਂਟ ਸੀ? ਅਮਾਊਂਟ ਕੋਈ ਅੰਦਾਜ਼ਾ 14,000-15,000 ਦੇ ਕਰੀਬ ਸੀ। ਹੁਣ ਪੁਲਿਸ ਆਈ ਕੀ ਕਰ ਰਹੀ? ਪੁਲਿਸ ਹੁਣ ਤਫਤੀਸ਼ ਕਰ ਰਹੀ ਹੈ ਆਪਦੀ, ਦੇਖੋ। ਹਾਂਜੀ, ਸੀਸੀਟੀਵੀ ਕੈਮਰੇ ਦੇ ਵਿੱਚ ਕੋਈ ਸਾਫ ਚਿਹਰਾ ਦਿਖ ਰਿਹਾ ਜਾਂ ਕੌਣ ਸੀ, ਕਿਵੇਂ ਸੀ? ਹਾਂ, ਦੇਖ ਹੀ ਰਹੇ ਜੀ ਸਾਫ ਚਿਹਰਾ ਤਾਂ। ਕੀ ਕੰਮ ਹੈ ਤੁਹਾਡੇ ਜੀ? ਸਾਡਾ ਸੀਮਿੰਟ ਦਾ ਕੰਮ ਹੈ ਜੀ। ਠੀਕ ਹੈ ਜੀ। ਇਹ ਹੋ ਗਏ 20-25 ਮਿੰਟ ਪਹਿਲਾਂ ਜੀ, ਦਰਖਾਸਤ ਆਈ ਸੀਗੀ ਥਾਣੇ ਜੀ, ਐਂ ਕਰਕੇ ਵੀ ਰਮੇਸ਼ ਕੁਮਾਰ ਦੀ ਜਿਹੜੀ ਹੈਗੀ ਆ ਦੁਕਾਨ ਸੀ ਸੀਮੈਂਟ ਦੀ, ਉੱਥੋਂ ਗਏ ਸੀਗੇ ਉਹ ਸਟੋਰ 'ਤੇ ਅਤੇ ਦੁਕਾਨ ਖਾਲੀ ਸੀਗੀ ਅਤੇ ਉੱਥੇ ਦੋ ਵਿਅਕਤੀ ਆਏ ਮੋਟਰਸਾਈਕਲ 'ਤੇ ਅਤੇ ਗੱਲਾਂ ਲੈ ਕੇ ਚੱਕੇ ਜੀ। CCTV ਕੈਮਰੇ 'ਚ ਕੈਦ ਹੋ ਗਈ ਜਾਂ ਕਿਸੇ? ਹਾਂਜੀ, ਸਾਹਮਣੇ ਦੁਕਾਨ 'ਚ CCTV ਕੈਮਰਾ ਲੱਗਾ ਜੀ, ਉਹਦੇ ਫੋਟੋ 'ਚ ਆਏ ਆ ਜੀ। ਅਸੀਂ ਯਾਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ, ਟਰੇਸ ਕਰ ਲਵਾਂਗੇ ਜੀ। ਦੇਖੋ, ਗੱਲਾਂ ਤਾਂ ਬਹੁਤ ਮਾੜੀਆਂ ਹੋ ਰਹੀਆਂ, ਕਿਉਂਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੈ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਹੱਥ ਪਾਉਣੀ ਚਾਹੀਦੀ ਹੈ ਅਤੇ ਪੁਲਿਸ ਨੂੰ ਅਤੇ ਜਿਹੜੀਆਂ ਸਮਾਜਿਕ ਸੰਸਥਾਵਾਂ ਹੈ ਚਾਹੇ ਮਿਲ ਕੇ ਕੰਮ ਕਰਨ, CCTV ਕੈਮਰਿਆਂ ਦਾ ਕਰਨ, ਚੌਕੀਦਾਰਾਂ ਦਾ ਕਰਨ, ਕਿਸੇ ਵੀ ਤਰੀਕੇ ਨਾਲ ਕਰਨ, ਕਿਉਂਕਿ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਜੇ ਵਪਾਰੀ ਆਪਦੀ ਦੁਕਾਨ 'ਤੇ ਗੱਲਾਂ ਹੀ ਸੇਫ ਹੈ ਨੀਗਾ ਜਿਹਦੇ ਕੂਣੀ ਰੱਖ ਕੇ ਬਹਿੰਦਾ ਉਹ, ਤਾਂ ਫਿਰ ਤਾਂ ਕੋਈ ਹਾਲਾਤ ਹੀ ਨਹੀਂ ਦਿਨ ਦਿਹਾੜੇ, ਉਹਦਾ 2-2:30 ਵਜੇ ਬੰਦੇ ਦਾ ਗੱਲਾਂ ਹੀ ਚੱਕ ਕੇ ਲੈ ਗਏ। ਇਸ ਇੱਡੀ ਵੱਡੀ ਸ਼ਰੇਆਮ ਬਦਮਾਸ਼ੀ ਹੈ ਇਹ, ਅਤੇ ਮੈਨੂੰ ਤਾਂ ਕਦੇ ਕਦੇ ਇਉਂ ਲੱਗਦਾ ਵੀ ਜਿਹੜੇ ਬੱਚੇ ਬਾਹਰ ਜਾ ਰਹੇ ਆ ਉਹ ਇਸ ਸੁਰੱਖਿਅਤ, ਉੱਥੇ ਬੱਚੇ ਰਾਤ ਨੂੰ ਵੀ ਸੁਰੱਖਿਅਤ ਹੈ, ਬਿਨਾਂ ਮਾਂ ਪਿਓ ਤੋਂ ਵੀ ਸੁਰੱਖਿਅਤ ਹੈ, ਇੱਥੇ ਅਸੀਂ ਆਪਦੀ ਦੁਕਾਨ 'ਚ ਵੀ ਸੁਰੱਖਿਅਤ ਨਹੀਂ, ਇਹਨਾਂ ਗੱਲਾਂ ਕਰਕੇ ਲੋਕ ਬਾਹਰ ਨੂੰ ਮੂਵ ਹੋ ਰਹੇ ਆ।